ਜਿਹੜਾ ਵਾਕਿਆ ਖੈਬਰ ਆ ਨਾ, ਇਹਨੂੰ ਗਵਾਂਤਰੀਆਂ ਲੋਕਾਂ ਨੇ ਵੀ ਫਿਰ ਬੜਾ ਰੰਗ ਦਿੱਤਾ। ਅਸੀਂ ਲੋਕ ਗਵਾਂਤਰੀਆਂ ਨੂੰ ਸੁਣਨ ਵਾਲੇ, ਮੌਲੀਆਂ ਨੂੰ ਸੁਣਨ ਵਾਲੇ ਤਾਂ ਹੈ ਹੀ ਨਹੀਂ ਨਾ। ਬੋਲੋ ਜ਼ਰਾ, ਨਾ ਕੋਈ ਕਿਤਾਬਾਂ ਖੁਦ ਪੜੀਆਂ, ਨਾ ਸ਼ੀਆ ਦੀ ਕਿਤਾਬ ਹਜ਼ਰਤ ਅਲੀ ਦੀ ਸੀਰਤ ਤੇ ਮੇਰੇ ਕੋਲ ਪਈ ਹੋਈ ਹੈ। ਉਹ ਕਹਿੰਦਾ ਖੈਬਰ ਦੇ ਅੰਦਰ ਨਬੀ ਨੂੰ ਮੁਸ਼ਕਲ ਪੈ ਗਈ ਤੇ ਪੁਕਾਰਿਆ ਅਲੀ ਨੂੰ ਮਦਦ ਵਾਸਤੇ ਆਓ। ਅਲੀ ਫਿਰ ਘੋੜੇ ਚ ਬੈਠਾ ਤੇ ਅਸਮਾਨਾਂ ਵੱਲੋਂ ਉਤਰਿਆ। ਇਹ ਹੁਣ ਤੱਕ ਸੁਣਦੇ ਆ ਤੇ ਮੇਰੇ ਕੋਲ ਕਿਤਾਬ ਵੀ ਪਈ ਹੋਈ ਹੈ। ਅਲੀ ਅਸਮਾਨਾਂ ਵੱਲੋਂ ਉਤਰਿਆ ਖੈਬਰ ਦੇ ਮੈਦਾਨ ਦੇ ਅੰਦਰ। ਅਜੀਬ ਕਹਾਣੀ ਹੈ ਬਈਆ ਤੇ, ਨਬੀ ਨੇ ਅਲੀ ਨੂੰ ਮਦਦ ਵਾਸਤੇ ਪੁਕਾਰਿਆ ਤੇ ਅਲੀ ਅਸਮਾਨਾਂ ਵੱਲੋਂ ਉਤਰਿਆ, ਘੋੜੇ ਤੇ ਬੈਠਾ ਹੋਇਆ ਸੀ। ਸਾਡੇ ਸੁੰਨੀ ਬੰਦੇ ਸਾਈਂ ਸ਼ਰੀਫ ਦੇ ਮੇਲੇ ਤੇ ਵੀ ਨਾਲੇ ਪੈਸੇ ਦੇ ਰਹੇ, ਨਾਲੇ ਖੁਸ਼ ਹੋ ਰਹੇ ਨੇ, ਲਲਕਾਰ ਕੇ ਗੱਲ ਕਰ ਰਹੇ ਨੇ। ਇਹ ਸਿਰੇ ਤੋਂ ਹੀ ਗੱਲ ਗਲਤ ਆ। ਅਲੀ ਖੈਬਰ ਦੇ ਅੰਦਰ ਹੀ ਮੌਜੂਦ ਸਨ, ਉਹ ਬਾਹਰੋਂ ਆਏ। ਬੋਲੋ ਜ਼ਰਾ, ਨਹੀਂ ਤੇ ਅੱਖਾਂ ਦੀ ਤਕਲੀਫ, ਉਹਨਾਂ ਦੀ ਪਰੇਸ਼ਾਨੀ ਮੁਸਤਫਾ ਨੇ ਦੂਰ ਕੀਤੀ ਆ। ਲਵ ਮੁਸਤਫਾ ਦਾ ਲੱਗਾ, ਅਲੀ ਦੀਆਂ ਅੱਖਾਂ ਠੀਕ ਹੋ ਗਈਆਂ। ਅੱਛਾ, ਇੰਨੀਆਂ ਮਸ਼ਹੂਰ ਗੱਲਾਂ ਹੋ ਚੁੱਕੀਆਂ ਨੇ ਨਾ, ਬੰਦਾ ਵੈਸੇ ਪਰੇਸ਼ਾਨ। ਅੱਗੇ ਸ਼ੀਆ ਜ਼ਾਕਰ ਪਤਾ ਕੀ ਲਿਖਦਾ, ਉਹ ਕਹਿੰਦਾ ਜਦੋਂ ਅਲੀ ਨੇ ਖੈਬਰ ਦੇ ਦਰਵਾਜ਼ੇ ਨੂੰ ਹੱਥ ਪਾਇਆ ਤੇ ਪੂਰਾ ਕਿਲਾ ਹੀ ਹਿੱਲਣ ਲੱਗ ਪਿਆ, ਜ਼ਲਜ਼ਲਾ ਆ ਗਿਆ। ਉਸ ਵੇਲੇ ਹਜ਼ਰਤ ਸਫੀਆ, ਜਿਹੜਾ ਖੈਬਰ ਦਾ ਸਰਦਾਰ ਆ, ਉਹਦੀ ਬੇਟੀ ਆ, ਉਹ ਇਸ ਤਖ਼ਤ ਤੇ ਬੈਠੀਆਂ ਹੋਈਆਂ ਸੀ ਤੇ ਤਖ਼ਤ ਤੋਂ ਥੱਲੇ ਡਿੱਗ ਪਈਆਂ। ਇਹੋ ਜਿਹੇ ਬਨਾਵਟੀਆਂ ਗੱਲਾਂ ਲੋਕਾਂ ਨੂੰ ਪਸੰਦ ਵੀ ਬੜੀਆਂ ਨੇ। ਚਿਹਰੇ ਤੇ ਜ਼ਖਮ ਆ ਗਿਆ, ਲੇਕਿਨ ਹਦੀਸ ਦੀਆਂ ਕਿਤਾਬਾਂ ਚ ਕਿਹੜੀ ਗੱਲ ਆ, ਸੀਰਤ ਦੀਆਂ ਕਿਤਾਬਾਂ ਚ ਕਿਹੜੀ ਗੱਲ ਆ? ਇਹ ਵਾਕਿਆ ਹੈ ਵਾ, ਹੈ ਵਾ, ਵਾਕਿਆ ਹੈ, ਮਗਰ ਏਦਾਂ ਨਹੀਂ। ਕਿੱਦਾਂ ਵਾ? ਮੁਸਲਮਾਨੋ, ਖੈਬਰ ਫਤਿਹ ਹੋ ਗਿਆ, ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਮਾਲੇ ਗਨੀਮਤ ਜਦੋਂ ਦੇਖਦੇ ਨੇ, ਇਮਾਮ ਉਲ ਅੰਬੀਆ ਨੇ ਖੈਬਰ ਦੇ ਮਰਦ, ਖੈਬਰ ਦੀਆਂ ਔਰਤਾਂ ਜਿਹੜੀਆਂ ਕੈਦੀ ਹੋਈਆਂ ਸਨ, ਮੁਜਾਹਿਦੀਨ ਤੇ ਤਕਸੀਮ ਕੀਤੀਆਂ ਗਈਆਂ। ਉਹਨਾਂ ਵਿੱਚ ਸਫੀਆ, ਜੋ ਕੋ ਖੈਬਰ ਦਾ ਸਰਦਾਰ, ਯਹੂਦੀਆਂ ਦਾ ਸਰਦਾਰ ਆ, ਉਹਦੀ ਬੇਟੀਆਂ ਦਈਆ ਕਲਬੀ ਦੇ ਹਿੱਸੇ ਆ ਗਈਆਂ। ਕੋ ਸਹਾਬਾ ਕਰਦੇ ਨੇ, ਯਾ ਰਸੂਲ ਅੱਲਾ ਐਸਾ ਕਰੋ, ਸਫੀਆ ਖੈਬਰ ਦਾ ਜਿਹੜਾ ਸਰਦਾਰ ਆ, ਯਹੂਦੀਆਂ ਦਾ ਸਰਦਾਰ ਆ, ਉਹਦੀ ਬੇਟੀ ਆ, ਮਿਹਰਬਾਨੀ ਫਰਮਾਓ, ਤੁਸੀਂ ਸਫੀਆ ਨਾਲ ਬਾਤ ਕਰੋ, ਅਗਰ ਸਫੀਆ ਤੁਹਾਡੇ ਅਕਦ ਵਿੱਚ ਆਉਣਾ ਚਾਹਣ, ਤੁਹਾਡੇ ਨਾਲ ਨਿਕਾਹ ਕਰਨਾ ਚਾਹਣ, ਐਸਾ ਕਰੋ ਆਪਣੇ ਗੁਲਾਮ ਨੂੰ ਕੋਈ ਹੋਰ ਔਰਤ ਦੇ ਦਿੱਤੀ ਜਾਵੇ, ਸਫੀਆ ਨੂੰ ਆਜ਼ਾਦ ਕਰਕੇ ਤੁਸੀਂ ਆਪਣੀ ਅਜ਼ਵਾਜ ਦੇ ਅੰਦਰ ਸ਼ਾਮਲ ਕਰ ਲਵੋ। ਇਮਾਮ ਉਲ ਅੰਬੀਆ ਨੇ ਫਰਮਾਇਆ, ਠੀਕ ਆ। ਹਜ਼ਰਤ ਸਫੀਆ ਦੇ ਨਾਲ ਬਾਤ ਹੋਈ, ਸਫੀਆ ਮੈਂ ਤੈਨੂੰ ਆਜ਼ਾਦ ਕਰਕੇ ਵਾਪਸ ਜਾਣ ਵਾਸਤੇ ਦੇਣ ਲਈ ਤਿਆਰ ਆ, ਤੇਰਾ ਪ੍ਰੋਗਰਾਮ ਕੀ ਆ? ਸਫੀਆ ਅਰਜ਼ ਕਰਦੀਆਂ ਨੇ, ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ, ਦੂਸਰਾ ਪਹਿਲੂ ਕੀ ਹੈ? ਫਰਮਾਇਆ, ਦੂਸਰਾ ਪਹਿਲੂ ਐਵੇਂ, ਅਗਰ ਤੁਸੀਂ ਚਾਹੋ ਮੈਂ ਤੈਨੂੰ ਆਪਣੇ ਅਕਰ ਦੇ ਅੰਦਰ ਲੈ ਲੈਣਾ ਵਾ, ਆਪਣੀ ਬੀਵੀ ਬਣਾ ਲੈਣਾ ਵਾ। ਸਫੀਆ ਅਰਜ਼ ਕਰਦੀਆਂ ਨੇ, ਆਕਾ ਮੈਨੂੰ ਹੋਰ ਕੀ ਚਾਹੀਦਾ? ਮੈਂ ਨਬੀਆਂ ਦੇ ਸੁਲਤਾਨ ਦੀ ਬੀਵੀ ਬਣ ਜਾਵਾਂਗੇ, ਮੈਨੂੰ ਮਨਜ਼ੂਰ ਹੋ।
امام الانبیاء نے حضرت صفیہ نو اپنی بیوی بنا لیا، اللہ فرماندا النبی اولا بالمؤمنین من انفسهم و ازواجهم امہاتہم، اللہ کہندا میرا نبی مومناں دیاں جاناں دا مالک آ تے نبی دیاں بیویاں مومناں دیاں ماواں نے، ازواجہم حضرت صفیہ دے نال مصطفیٰ نکاح کر لیندے نے، اپنی ازواج دے اندر شامل کر لیندے نے۔ جدوں رسول اللہ صفیہ دے کول بیٹھے ہوئے نے خیمے دے اندر، امام الانبیاء نے دیکھے حضرت صفیہ دی اکھ دے اندر زخم دا نشان، اس سیر دے چوٹ نظر آ رہی ہے۔ پوچھا صفیہ کی گل، عرض کیتی آکا گل تینوں میں عرض کر دینی ہوں، ایک دن میرا شوہر میرے نال بیٹھا ہوا، میں اپنے شوہر نو خواب دسے، راتی میں خواب دیکھیا وا اسمانا دا چن لے کے میری جھولی دے اندر آ گیا، میں اپنی جھولی نو کلوز کر لیا، اپنے سینے دے نال لا لیا۔ جدو میں نے بات کیتی ہے میرا شوہر غصے میں آ گیا، انہیں میرے چنڈ ماری تے نالے گل کیتی ہے، کہن لگی جڑا مدینے دا سربراہ وا اودے بیوی بن دے خواب دیکھ رہی ہیں، خواب دیکھیا وا سمانا دا چند لیا کے میری گولی گود وچ آ گیا، جھولی وچ آ گیا، اپنے میں شوہر نہ گل کیتی۔ او کی کہندا؟ کہن لگا جڑا مدینے دا سربراہ وا اودے بیوی بن دے خواب دیکھنی ہے، تے اس غصے وچ اونے میرے تھے انی زور نہ چنڈ ماری، اکھ چ وی نشان بن گیا تے ایتھے وی نشان بن گیا۔ پتہ چلیا خیبر دے قلعے چ کوئی زلزلہ نہیں آیا، یہ واقعہ کچھ ہو رہا۔